ਨਕੋਦਰ ਦੇ ਪਿੰਡ ਸ਼ੰਕਰ ਦੇ ਨਜ਼ਦੀਕ ਇੱਕ ਭਿਆਨਕ ਹਾਦਸਾ ਵਾਪਰਿਆ, ਕੈਂਟਰ ਅਤੇ ਮੋਟਰਸਾਈਕਲ ਦਾ, ਜਿਸ ਦੇ ਦੌਰਾਨ ਇੱਕ ਨੌਜਵਾਨ ਜੋ ਕਿ ਚੰਡੀਗੜ੍ਹ ਤੋਂ ਆਕਾਸ਼ ਸੀ, ਉਸਦੀ ਮੌਤ ਮੌਕੇ 'ਤੇ ਹੀ ਹੋ ਗਈ ਅਤੇ ਉਸ ਤੋਂ ਬਾਅਦ ਉਸਦੇ ਨਾਲ ਇੱਕ ਲੜਕੀ ਪੂਜਾ ਨਾਮ ਜਿਸ ਦਾ ਸੀ, ਉਹ ਵੀ ਚੰਡੀਗੜ੍ਹ ਤੋਂ ਆਈ ਸੀ, ਉਸਦੇ ਨਾਲ ਹੀ ਉਸਦੀ ਜਲੰਧਰ ਹੋਸਪਿਟਲ ਦੇ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ, ਜਿਸ ਤੋਂ ਬਾਅਦ ਨਕੋਦਰ ਦੇ ਸਿਵਲ ਹੋਸਪਿਟਲ ਦੇ ਵਿੱਚ ਆਕਾਸ਼ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲਿਆਂਦਾ ਗਿਆ ਅਤੇ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਦੇ ਸੰਬੰਧ ਵਿੱਚ ਸ਼ੰਕਰ ਚੌਂਕੀ ਇੰਚਾਰਜ ਹਰਜੀਤ ਸਿੰਘ ਨੇ ਕਿਹਾ ਕਿ ਜੋ ਕੈਂਟਰ ਚਾਲਕ ਹੈ ਉਸ ਨੂੰ ਵੀ ਜਲਦ ਹੀ ਕਾਬੂ ਕੀਤਾ ਜਾਵੇਗਾ। ਵੀਰੇ ਕੀ ਨਾਮ ਆ? ਮੇਰਾ ਜੀ ਹਾਂ ਸ਼ਿਵਰਾਜ ਸਿੰਘ ਨਾਮ ਹੈ। ਅੱਛਾ, ਜਿਹੜਾ ਐਕਸੀਡੈਂਟ ਹੋਇਆ ਉਹ ਕਿਸ ਤਰ੍ਹਾਂ ਹੋਇਆ, ਕੁਝ ਪਤਾ ਲੱਗਾ? ਉਹ ਇੱਕ ਟਰੱਕ ਵਾਲਾ ਬੰਦਾ ਸੀਗਾ, ਆਪਾਂ ਤਾਂ ਸਪੀਡ ਨੋਰਮਲੀ ਸਪੀਡ ਸੀਗੀ, ਜੋ ਟਰੱਕ ਵਾਲਾ ਸੀਗਾ ਉਹ ਓਵਰ ਸਪੀਡ ਸੀਗਾ, ਆਪਾਂ ਨੇ ਤਾਂ ਬਾਈਕ ਸੰਭਾਲ ਲਈ ਸੀਗੀ। ਜਿਹੜਾ ਟਰੱਕ ਵਾਲਾ ਸੀਗਾ ਨਾ ਉਹ ਉਸੇ ਬ੍ਰੇਕ ਵੱਜੀ ਨਹੀਂ, ਉਹਨੇ ਲਾ ਕੇ ਸਿੱਧਾ ਮਾਰਤਾ ਔਰ ਉਹ ਟਰੱਕ ਛੋੜ ਕੇ ਭੱਜ ਗਿਆ। ਜਿਹਦੀ ਮੌਤ ਹੋਈ ਉਹਦਾ ਨਾਮ ਕੀ ਸੀ? ਉਹਦਾ ਨਾਮ ਆਕਾਸ਼ ਨਾਮ ਸੀ। ਕਿੱਥੋਂ ਦਾ ਰਹਿਣ ਵਾਲਾ? ਚੰਡੀਗੜ੍ਹ ਦੇ ਆਪਾਂ ਜੀ। ਅੱਛਾ, ਅਤੇ ਜਿਹੜੀ ਲੜਕੀ ਆ ਨਾਲ ਉਹ ਕੌਣ ਆ? ਉਹ ਯਾਰ ਦੋਸਤ ਆ, ਸਾਰੇ ਫਰੈਂਡ ਸਰਕਲ 'ਚ ਸੀ ਆਪਾਂ। ਅੱਛਾ, ਅਤੇ ਉਹ ਵੀ ਚੰਡੀਗੜ੍ਹ ਤੋਂ ਹੀ ਆ? ਸਾਰੇ ਚੰਡੀਗੜ੍ਹ, ਨੇੜੇ ਤੇੜੇ ਘਰ ਹੀ ਹੈਗਾ ਸਾਡਾ। ਅੱਛਾ, ਅਤੇ ਉਹ ਲੜਕੀ ਦੀ ਕੀ ਕੰਡੀਸ਼ਨ ਆ? ਉਹ ਵੀ ਸੀਰੀਅਸ ਹੈਗੀ, ਹਲੇ ਹੋਸਪਿਟਲ 'ਚ ਹੈਗੀ, ਉਹ ਇਹ ਨਹੀਂ ਪਤਾ ਕਿਹੜੇ ਹੋਸਪਿਟਲ 'ਚ ਹੈਗੀ। ਅਤੇ ਹੁਣ ਤੁਸੀਂ ਕੀ ਮੰਗ ਕਰਦੇ? ਅਸੀਂ ਤਾਂ ਦੇਖੋ ਕੀ ਕਰਦੇ, ਅਸੀਂ ਤਾਂ ਬੋਡੀ ਵੇਲੇ ਕੰਪਲੇਂਟ ਕਰੀ ਹੋਈ ਆਪਾਂ ਨੇ, ਬਾਕੀ ਉਹ ਟਰੱਕ ਵਾਲੇ ਦੀ ਫੋਟੋ ਵਗੈਰਾ ਪੜੀ ਹੋਈ ਆਪਣੇ ਕੋਲ, ਦੇਖੋ ਕੀ ਹੁੰਦਾ। ਅਸੀਂ ਤਾਂ ਵਧੀਆ ਫੋਟੋ ਸੀ। ਹਾਂ, ਲੜਕੇ ਦੇ ਫੋਨ 'ਤੇ ਪੜੀ ਹੋਈ ਆ। ਉਹ ਤਾਂ ਭੱਜ ਗਿਆ ਮੌਕੇ 'ਤੇ, ਠੋਕ ਗਿਆ, ਹਸਪਤਾਲ ਨਹੀਂ ਛੱਡਿਆ। ਸਰ ਕੀ ਮਾਮਲਾ ਜੀ ਇਹ? ਸਰ ਇੱਕ ਸਿਵਲ ਹੋਸਪਿਟਲ ਤੋਂ ਸਵੇਰੇ ਚਿੱਟ ਆਈ ਸੀ, ਲੜਕੇ ਆਕਾਸ਼ ਦੀ ਡੈਥ ਹੋ ਗਈ ਆ, ਉਹਦੇ ਨਾਲ ਕੋਈ ਲੜਕੀ ਸੀ ਪੂਜਾ, ਉਹਦੀ ਰਿਸ਼ਤੇਦਾਰ, ਅਤੇ ਮੋਟਰਸਾਈਕਲ 'ਤੇ ਆਉਂਦੇ ਸੀ, ਐਕਸੀਡੈਂਟ ਹੋਇਆ ਇਹਨਾਂ ਦਾ, ਲੜਕੇ ਦੀ ਮੌਕੇ 'ਤੇ ਡੈਥ ਹੋ ਗਈ ਹੈ, ਲੜਕੀ ਨੂੰ ਜਿਹੜਾ ਰੈਫਰ ਕਰ ਦਿੱਤਾ ਜ਼ਿਆਦਾ ਸੀਰੀਅਸ ਹੋਣ ਕਰਕੇ ਜਲੰਧਰ ਦਾ ਜੀ। ਅਤੇ ਹੁਣ ਕੀ ਕੰਡੀਸ਼ਨ ਆ ਲੜਕੀ ਦੀ? ਸਰ ਜਿਹੜੀ ਲੜਕੀ, ਹੁਣ ਪਤਾ ਲੱਗਾ ਹੁਣੇ ਟੈਲੀਫੋਨ ਆਇਆ, ਉਹਦੀ ਵੀ ਸਿਵਲ ਹੋਸਪਿਟਲ ਦੌਰਾਨ ਇਲਾਜ ਡੈਥ ਹੋ ਗਈ। ਕਿੱਥੇ ਦੇ ਵਸਨੀਕ ਹੈ ਜੀ ਇਹਨਾਂ ਦਾ? ਇਹ ਚੰਡੀਗੜ੍ਹ ਦੇ ਵਸਨੀਕ ਆ ਜੀ, ਦੋਵੇਂ 56 ਸੈਕਟਰ ਦੇ ਰਹਿਣ ਵਾਲੇ ਆ ਜੀ, ਲੜਕਾ ਵੀ ਲੜਕੀ ਵੀ। ਐਕਸੀਡੈਂਟ ਕਿਸ ਤਰ੍ਹਾਂ ਹੋਇਆ? ਐਕਸੀਡੈਂਟ ਸਰ ਇਹ ਪਿੰਡ ਸ਼ੰਕਰ ਲੱਗੇ ਜੀ, ਪੂਰੇਵਾਲ ਪੈਲਸ ਆ, ਉੱਥੇ ਮੋੜ ਪੈਂਦਾ, ਇੱਧਰੋਂ ਨਕੋਦਰ ਸਾਈਡ ਤੋਂ ਜਾ ਰਿਹਾ ਸੀ ਕੈਂਟਰ ਜੀ 709, ਇਹ ਉੱਧਰੋਂ ਆ ਰਹੇ ਸੀ ਜੰਡਿਆਲਾ ਸਾਈਡ ਤੋਂ ਮੋਟਰਸਾਈਕਲ 'ਤੇ, ਉੱਥੇ ਮੋੜ 'ਤੇ ਆਹਮੋ ਸਾਹਮਣੇ ਟੱਕਰ ਹੋ ਗਈ ਇਹਨਾਂ ਦੀ ਸ਼ੰਕਰ ਪਿੰਡ ਜੀ। ਕੈਂਟਰ ਦੇ ਵਿੱਚ ਕੀ ਸੀਗਾ?
ਕੈਂਟਰ 'ਚ ਦੇਖਿਆ ਨਹੀਂ, ਕੈਂਟਰ ਉੱਥੇ ਖੜਾ ਆ ਜੀ, ਉਹਦਾ ਤਰਪਾਲ ਉਹਦੇ ਉੱਤੇ ਦਿੱਤੀ ਹੈ ਜੀ। ਡਰਾਈਵਰ ਸੁਖਵਿੰਦਰ ਸਿੰਘ ਦੱਸਦੇ ਆ ਜੀ, ਜਗਰਾਓਂ ਦਾ ਰਹਿਣ ਵਾਲਾ। ਉਹਨੂੰ ਕਾਬੂ ਕਰ ਲਿਆ? ਨਹੀਂ, ਅਜੇ ਇੱਧਰ ਪੋਸਟਮਾਰਟਮ ਕਰਵਾ ਰਹੇ ਹਾਂ ਜੀ। ਅੱਛਾ ਜੀ, ਹਾਂਜੀ। ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ? ਇਹ ਮੁਕੱਦਮਾ ਦਰਜ ਕਰ ਦਿੱਤਾ ਜੀ ਮੁੰਡੇ ਦੇ ਮਾਮੇ ਦੇ ਬਿਆਨਾਂ ਦੇ ਜੀ, ਧਿਆਨ ਚੰਦ ਦੇ, ਧਿਆਨ ਸਿੰਘ ਦੇ ਬਿਆਨ ਤੇ ਮੁਕੱਦਮਾ ਦਰਜ ਕਰਤਾ 104 ਨੰਬਰ ਜੀ। ਤੇ ਜਿਹੜੀ ਲੜਕੀ ਨਾਲ ਸੀਗੀ, ਇਹ ਕੌਣ ਸੀਗੀ ਇਹਦੀ ਲੜਕੀ? ਇਹ ਲੜਕੀ ਉਹਦੀ ਰਿਸ਼ਤੇਦਾਰ ਦੱਸਦੇ ਆ ਜੀ, ਉਹ 56 ਸੈਕਟਰ ਦੀ ਰਹਿਣ ਵਾਲੀ ਆ। ਇਹ ਲੜਕਾ ਵੀ 56 ਸੈਕਟਰ ਦਾ ਸੀ। ਨਾਮ ਕੀ ਲੜਕੀ ਆ? ਲੜਕੀ ਪੂਜਾ ਆ ਜੀ, ਡਾਕਟਰ ਉਹ ਵਿਜੇ ਕੁਮਾਰ। ਤੇ ਹੁਣ ਕਿਹੜੀਆਂ ਧਾਰਾ ਦੇ ਅਧੀਨ ਮਾਮਲਾ ਦਰਜ ਕੀਤਾ ਹੈ? ਇਹ ਧਾਰਾ 106, 125 ਏ, 125 ਬੀ, 324 ਇਹਦੇ ਅਧੀਨ ਪਰਚਾ ਦਰਜ ਕੀਤਾ ਜੀ, ਮੁਕੱਦਮਾ ਨੰਬਰ 104। ਵਾਧਾ ਵੀ ਕਰੋਗੇ ਨਾ ਦੂਜੇ ਵੀ, ਕਿਉਂਕਿ ਲੜਕੀ ਦੀ ਵੀ ਡੈਥ ਹੋ ਗਈ, ਤੁਸੀਂ ਦੱਸਿਆ ਨਾ? ਜੋ ਹਾਲਾਤ ਪਾਏ ਜਾਣਗੇ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਊਗੀ।